ਸਾਤ ਸ੍ਰੀ ਅਕਾਲ ਸਾਰਿਆਂ ਨੂੰ ਮਾਸਟਰ ਕੈਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਸੁਪਰੀਮ ਕੋਰਟ ਦੇ ਵੱਲੋਂ ਬੀਐਡ ਅਤੇ ਈਟੀਟੀ ਭਰਤੀ ਨਾਲ ਸੰਬੰਧਿਤ ਇੱਕ ਬਹੁਤ ਵੱਡਾ ਜਿਹੜਾ ਫੈਸਲਾ ਉਹ ਕੀਤਾ ਗਿਆ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਈਟੀਟੀ ਭਰਤੀ ਦੇ ਵਿੱਚੋਂ ਬੀਐਡ ਨੂੰ ਬਾਹਰ ਕਰਨ ਦੇ ਲਈ ਇੱਕ ਕੇਸ ਆ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਸੀ ਤਾਂ ਅੱਜ ਉਸ ਕੇਸ ਦੀ ਇੱਕ ਬਹੁਤ ਹੀ ਅਹਿਮ ਸੁਣਵਾਈ ਜਿਹੜੀ ਉਹ ਸੁਪਰੀਮ ਕੋਰਟ ਦੇ ਵਿੱਚ ਹੋਣੀ ਸੀ ਉਹ ਸੁਣਵਾਈ ਜਿਹੜੀ ਹੋ ਚੁੱਕੀ ਹੈ ਅਤੇ ਉਸ ਦਾ ਬਹੁਤ ਵੱਡਾ ਫੈਸਲਾ ਜਿਹੜਾ ਉਹ ਆ ਚੁੱਕਿਆ ਹੈ ਇਸ ਫੈਸਲੇ ਦੇ ਮੁਤਾਬਕਾ ਜਿਹੜਾ ਬੀਐਡ ਵਾਲੇ ਕੈਡਰ ਲਈ ਬਹੁਤ ਹੀ ਨਿਰਾਸ਼ਾਜਨਕ ਫੈਸਲਾ ਅਤੇ ਈਟੀਟੀ ਕੈਡਰ ਦੀ ਇਸ ਫੈਸਲੇ ਦੇ ਅਨੁਸਾਰ ਜਿਹੜੀ ਬਹੁਤ ਵੱਡੀ ਜਿੱਤ ਹੈ ਉਹ ਹੋਈ ਹੈ ਤਾਂ ਇਸ ਫੈਸਲੇ ਦੇ ਅਨੁਸਾਰ ਆ ਜਿਹੜੀ ਬੀਐਡ ਹੁਣ ਪੱਕੇ ਤੌਰ ਤੇ ਈਟੀਟੀ ਭਰਤੀ ਦੇ ਵਿੱਚੋਂ ਬਾਹਰ ਕਰ ਦਿੱਤੀ ਗਈ ਹੈ ਅਤੇ ਹੁਣ ਜਿਹੜੀਆਂ ਚੱਲ ਰਹੀਆਂ ਭਰਤੀਆਂ ਨੇ ਜਿਵੇਂ 2364 ਜਾਂ 5994 ਜਾਂ ਹੋਰ ਇੱਕ ਦੋ ਭਰਤੀਆਂ ਉਨ੍ਹਾਂ ਦੇ ਵਿੱਚ ਜਿਹੜੇ ਬੀਐਡ ਵਾਲੇ ਸਾਥੀ ਨੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਤਾਂ ਨਰੋਲ ਜਿਹੜੀ ਈਟੀਟੀ ਦੇ ਆਧਾਰ ਤੇ ਹੀ ਉਹ ਭਰਤੀ ਕੰਪਲੀਟ ਹੋਊਗੀ। ਇਸ ਵੀਡੀਓ 'ਚ ਤੁਹਾਨੂੰ ਇਸ ਸੁਪਰੀਮ ਕੋਰਟ ਦੇ ਅੱਜ ਦੇ ਸਾਰੇ ਫੈਸਲੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ। ਕਿਉਂਕਿ 2018 ਤੋਂ ਬਾਅਦ ਜਿਹੜੇ-ਜਿਹੜੇ ਸਾਥੀ ਈਟੀਟੀ ਭਰਤੀ ਦੇ ਵਿੱਚ ਬੀਐਡ ਵਾਲੇ ਲੱਗੇ ਨੇ ਤਾਂ ਉਹ ਵੀ ਜਿਹੜੇ ਆਪਣੇ ਨੌਕਰੀ ਤੋਂ ਬਾਹਰ ਹੋਣਗੇ ਇਹ ਵੀ ਇਹਦਾ ਇੱਕ ਵੱਡਾ ਫੈਸਲਾ ਤਾਂ ਇਸ ਕਰਕੇ ਵੀਡੀਓ ਨੂੰ ਤੁਸੀਂ ਅਖੀਰ ਤੱਕ ਕੱਲਾ ਕੱਲਾ ਸ਼ਬਦਾ ਜਿਹੜਾ ਧਿਆਨ ਨਾਲ ਸੁਣਿਓ ਅਤੇ ਵੱਧ ਤੋਂ ਵੱਧ ਸਾਥੀਆਂ ਤੱਕ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਤੱਕ ਇਹ ਅਪਡੇਟ ਪਹੁੰਚ ਸਕੇ ਖਾਸ ਕਰਕੇ ETT 2364 ਵਾਲੇ ਕਿਉਂਕਿ 2364 ਨੋਟੀਫਿਕੇਸ਼ਨ ਦੇ ਵਿੱਚ ਜਿਹੜਾ ਦਿੱਤਾ ਗਿਆ ਸੀ ਕਿ BEd ਵਾਲੇ ਸਾਥੀ ਜਿਹੜੇ ਉਹ ETT ਲਈ ਅਪਲਾਈ ਕਰ ਸਕਦੇ ਆ ਤਾਂ ਇਹ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਤੁਹਾਨੂੰ ਇੱਕ ਤਾਂ ਬੇਨਤੀ ਹੈ ਕਿ ਜਿਹੜੇ ਸਾਥੀ ਚੈਨਲ ਦੇ ਨਵੇਂ ਐ ਉਹ ਮਾਸਟਰ ਕੈਡਰ ਯੂਨੀਅਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰਦੇ ਹੋ ਤਾਂ ਕਿ ਸਿੱਖਿਆ ਵਿਭਾਗ ਦੀ ਕੋਈ ਵੀ ਅਪਡੇਟ ਆਉਂਦੀ ਹੈ ਉਹਦੀ ਹਰ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਅਤੇ ਨਾਲ ਹੀ ਆਪਣਾ ਇੱਕ ਚੈਨਲ ਦਾ ਵਟਸਐਪ ਗਰੁੱਪ ਅਤੇ ਇੱਕ ਟੈਲੀਗ੍ਰਾਮ ਗਰੁੱਪ ਦੋਨਾਂ ਦੇ ਲਿੰਕ ਤੁਹਾਨੂੰ ਵੀਡੀਓ ਦੇ ਕਮੈਂਟ ਬਾਕਸ ਅਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪ੍ਰੋਵਾਈਡ ਕੀਤੇ ਜਾਣਗੇ ਤੁਸੀਂ ਜਲਦੀ ਵੀਡੀਓ ਦੇ ਨੀਚੇ ਕਮੈਂਟਸ ਨੂੰ ਓਪਨ ਕਰਕੇ ਇੱਕ ਪਿੰਨ ਕੀਤੇ ਹੋਏ ਕਮੈਂਟ ਦੇ ਵਿੱਚ ਸਾਡੇ ਵੱਲੋਂ ਦੋਨੇ ਲਿੰਕ ਜਿਹੜੇ ਉਹ ਡ੍ਰੌਪ ਕੀਤੇ ਜਾਣਗੇ ਤੁਸੀਂ ਉੱਥੋਂ ਲਿੰਕ ਨੂੰ ਓਪਨ ਕਰਕੇ ਸਾਡਾ ਗਰੁੱਪਾ ਜਿਹੜਾ ਜੁਆਇਨ ਕਰ ਸਕਦੇ ਹੋ ਤਾਂ ਕਿ ਤੁਹਾਡੇ ਤੱਕ ਸਾਰੀ ਜਾਣਕਾਰੀ ਜਿਹੜੀ ਸਿੱਖਿਆ ਵਿਭਾਗ ਦੀ ਉਹ ਆਉਂਦੀ ਰਹੇ ਤਾਂ ਗੱਲ ਕਰਦੇ ਆਂ ਅੱਜ ਦੇ ਵੱਡੇ ਫੈਸਲੇ ਨਾਲ ਸੰਬੰਧਿਤ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 11 ਅਗਸਤ 2023 ਨੂੰ ਜਿਹੜਾ ETT ਭਰਤੀ ਦੇ ਵਿੱਚੋਂ B.Ed ਨੂੰ ਬਾਹਰ ਕਰ ਦਿੱਤਾ ਕਿ ਅਸੀਂ ਸੁਪਰੀਮ ਕੋਰਟ ਦੇ ਵੱਲੋਂ ਹਾਲਾਂਕਿ ਉਸ ਤੋਂ ਪਹਿਲਾਂ 11 ਜਨਵਰੀ 2023 ਨੂੰ ਇਸ ਫੈਸਲੇ ਦੀ ਸੁਣਵਾਈ ਹੋਈ ਸੀ ਪਰ ਫੈਸਲਾ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਰਾਖਵਾ ਰੱਖ ਲਿਆ ਸੀ ਪਰ ਰਾਖਵੇਂ ਰੱਖੇ ਫੈਸਲੇ ਦੀ ਅਗਲੀ ਸੁਣਵਾਈ ਜਿਹੜੀ 11 ਅਗਸਤ 2023 ਯਾਨੀ ਕਿ 11 8 2023 ਨੂੰ ਉਹ ਫੈਸਲੇ ਦੀ ਸੁਣਵਾਈ ਹੋਈ ਸੀ ਜਿਸ ਦੇ ਜਿਹੜਾ ਅਨਸਾਰ ਹੈ ਉਹ B.Ed ਨੂੰ ETT ਭਰਤੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਜਿਹੜਾ ਬੀਐਡ ਵਾਲੇ ਸਾਥੀ ਨੇ ਉਹਨਾਂ ਦੇ ਵੱਲੋਂ ਇੱਕ ਹੋਰ ਨਵੀਂ ਜੱਜਕਾ ਦਾਇਰ ਕੀਤੀ ਗਈ ਸੀ ਜਿਸ ਦੇ ਅਨੁਸਾਰ ਉਹਨਾਂ ਨੇ ਦੱਸਿਆ ਸੀਗਾ ਕਿ ਸਾਨੂੰ ਇਹ ਕਲੀਅਰ ਕੀਤਾ ਜਾਵੇ ਕਿ ਇਹ ਫੈਸਲਾ ਕਦੋਂ ਤੋਂ ਇੰਪਲੀਮੈਂਟ ਕਰਨਾ ਭਾਵੇਂ ਕਿ ਵੀ ਅਗਸਤ 2023 ਤੋਂ ਇੰਪਲੀਮੈਂਟ ਕੀਤਾ ਜਾਊਗਾ ਜਾਂ ਜੋ ਐਨਸੀਈਟੀ ਦੇ ਵੱਲੋਂ 2018 ਦੇ ਵਿੱਚ ਰੂਲ ਤਿਆਰ ਕੀਤੇ ਗਏ ਸੀਗੇ ਜਿੰਨਾ ਰੂਲਾਂ ਦੇ ਅਨੁਸਾਰ ਜਿਹੜਾ 2018 ਤੋਂ ਬਾਅਦ ਜਿਹੜੀ ਵੀ ਈਟੀਟੀ ਦੀ ਭਰਤੀ ਆਉਣੀ ਸੀ ਉਸ ਦੇ ਵਿੱਚ ਬੀਐਡ ਵਾਲੇ ਸਾਥੀਆਂ ਨੂੰ ਉੱਚ ਯੋਗਤਾ ਮੰਨ ਕੇ ਜਿਹੜਾ ਅਪਲਾਈ ਕਰਨ ਦੇ ਲਈ ਮੌਕਾ ਦਿੱਤਾ ਗਿਆ ਸੀ ਤਾਂ ਇਸ ਸਬੰਧੀ ਜਿਹੜਾ ਦਾ ਸੁਪਰੀਮ ਕੋਰਟ ਦੇ ਵਿੱਚ ਸਾਥੀਆਂ ਦੇ ਵੱਲੋਂ ਅਪੀਲ ਜਿਹੜੀ ਜਾਚਕਾ ਦਾਇਰ ਕੀਤੀ ਗਈ ਸੀ ਉਸ ਜਾਚਕਾ ਦੀ ਜਿਹੜੀ ਸੁਣਵਾਈ ਹੈ ਉਹ ਅੱਜ ਹੋਣੀ ਸੀ ਤਾਂ ਉਸ ਸੁਣਵਾਈ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ 1136 ਪਾਰਟ ਇਹਦਾ ਨੰਬਰ ਹੈ ਤੇ ਡਾਇਰੀ ਨੰਬਰ ਸੀਗਾ 39986 2023 ਦਾ ਇਹ ਕੇਸ ਸੀਗਾ ਜਿਹੜਾ ਕਿ ਅਰਨਵ ਗੋਸ਼ ਵੱਲੋਂ ਕੀਤਾ ਗਿਆ ਸੀ ਯੂਨੀਅਨ ਆਫ ਇੰਡੀਆ ਦੇ ਵਿਰੁੱਧ ਅਰਨਵ ਗੋਸ਼ ਵਰਸਸ ਯੂਨੀਅਨ ਆਫ ਇੰਡੀਆ ਤਾਂ West Bengal ਦਾ ਇਹ ਕੇਸ ਸੀਗਾ ਜਿਸ ਦੇ ਅਨੁਸਾਰ ਕੇ ਇਹ ਸਾਥੀ ਦੇ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਸਾਨੂੰ ਇਹ ਕਲੀਅਰ ਕੀਤਾ ਜਾਵੇ ਕਿ ਬੀਐਡ ਜਿਹੜੀ 2018 ਤੋਂ ਬਾਅਦ ਵਾਰ ਕੀਤੀ ਜਾਊਗੀ ਜਾਂ ਫਿਰ 2023 ਤੋਂ ਤਾਂ ਇਸ ਸੰਬੰਧੀ ਅੱਜ ਕਾਫੀ ਲੰਬੀ ਬੈਸ ਜਿਹੜੀ ਉਹ ਚੱਲੀ ਸੁਪਰੀਮ ਕੋਰਟ ਦੇ ਵਿੱਚ ਤਾਂ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਬੀਐਡ ਵਾਲਾ ਕੇਸ ਆ ਉਹਨੂੰ ਡਿਸਪੋਜ਼ ਆਫ ਕਰ ਦਿੱਤਾ ਗਿਆ ਜਾਨੀ ਕਿ ਕੇਸ ਨੂੰ ਖਾਰਜ ਕਰ ਦਿੱਤਾ ਗਿਆ ਅਤੇ ਨਾਲ ਹੀ ਜਿਹੜਾ ਐਨਸੀਟੀ ਦੇ ਰੂਲ ਨੇ 2018 ਦੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਐਨਸੀਟੀ ਦੇ ਵੱਲੋਂ 2018 ਦੇ ਵਿੱਚ ਇੱਕ ਸਰਵਿਸ ਰੂਲ ਬਣਾਏ ਗਏ ਸੀ ਸਿੱਖਿਆ ਵਿਭਾਗ ਨਾਲ ਸੰਬੰਧਿਤ ਹਾਲਾਂਕਿ ਸਾਰੇ ਵਿਭਾਗਾਂ ਦੇ ਰੂਲ ਬਣਦੇ ਆ ਤਾਂ ਉਹਦੇ ਅਕੋਰਡਿੰਗ ਜਿਹੜਾ ਈਟੀਟੀ ਦੀ ਭਰਤੀ ਦੇ ਵਿੱਚ ਬੀਐਡ ਵਾਲੇ ਅਪਲਾਈ ਕਰ ਸਕਦੇ ਸੀ ਮੈਨੂੰ ਲੱਗਦਾ ਤੁਸੀਂ ਇਹ ਗੱਲ ਸਮਝ ਰਹੇ ਹੋਣੇ ਕਿਉਂਕਿ ਜਿਹੜੀ 2364 ਭਰਤੀ ਆਈ ਹੈ ਈਟੀਟੀ ਦੀ ਉਹ 2021 ਦੇ ਵਿੱਚ ਆਈ ਹੈ ਤਾਂ 2020 ਕੀ ਦੇ ਵਿੱਚ ਸੌਰੀ ਤਾਂ ਜਿਹੜੇ ਰੂਲ ਆ ਉਹ 2018 ਦੇ ਵਿੱਚ ਲਾਗੂ ਹੋ ਗਏ ਸੀ ਤੇ ਫੈਸਲਾ ਜਿਹੜਾ ਬੀਐਡ ਬਾਹਰ ਕਰਨ ਦਾ ਉਹ 2023 ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਫੈਸਲਾ ਆਇਆ ਸੀ 2365 ਭਰਤੀ ਨਾਲ ਸੰਬੰਧਿਤ ਕਿ ਜਿਹੜਾ ਜਿਵੇਂ ਨੋਟੀਫਿਕੇਸ਼ਨ ਆਇਆ ਓਵੇਂ ਹੀ ਭਰਤੀ ਕੰਪਲੀਟ ਕੀਤੀ ਜਾਵੇ। ਤਾਂ ਉਸ ਤੋਂ ਬਾਅਦ ਜਿਹੜੀ ਇੱਕ ਲਿਸਟਾਂ ਨੂੰ ਚੈਕਿੰਗ ਕਰਨ ਦੇ ਲਈ ਕਮੇਟੀ ਵੀ ਬਣ ਗਈ ਸੀ 2364 ਭਰਤੀ ਨਾਲ ਸੰਬੰਧਿਤ ਪਰ ਸੁਪਰੀਮ ਕੋਰਟ ਦੇ ਵਿੱਚ ਨਾਲ ਹੀ ਫੈਸਲਾ ਇਹ ਆ ਗਿਆ ਹੁਣ ਕਿ ਜਿਹੜਾ 2018 ਦਾ ਨੋਟੀਫਿਕੇਸ਼ਨ ਆ ਉਸੇ ਨੂੰ ਰੱਦ ਕਰ ਦਿੱਤਾ ਗਿਆ ਜਾਨੀ ਕਿ 2364 ਭਰਤੀ ਹੈ ਜਿਹੜੀ ਉਹ ਵੀ ਹੁਣ ਨਰੋਲ ਈਟੀਟੀ ਆਧਾਰ ਤੇ ਹੀ ਹੋਊਗੀ। ਉਸ ਦੇ ਵਿੱਚ बीएड ਵਾਲੇ ਸਾਥੀ ਸ਼ਾਮਿਲ ਨਹੀਂ ਕੀਤੇ ਜਾਣਗੇ ਅਤੇ ਉਹਦੀ ਮੈਰਿਟਾ ਜਿਹੜੀ ਉਹ ਕਾਫੀ ਡਾਊਨ ਜਾਊਗੀ ਤੁਸੀਂ ਇਥੇ ਅੰਦਾਜ਼ਾ ਲਾ ਸਕਦੇ ਹੋ ਕਿ बीएड ਵਾਲੇ ਸਾਥੀ ਵਿੱਚੋਂ ਬਾਹਰ ਹੋ ਜਾਣਗੇ ਅਤੇ ਈਟੀਟੀ ਦੀ ਨਰੋਲ ਭਰਤੀ ਹੋਊਗੀ ਤੇ ਮੈਰਿਟਾ ਉਹਦੀ ਬਹੁਤ ਡਾਊਨ ਜਾਊਗੀ ਅਤੇ ਨਾਲ ਹੀ ਜਿਹੜਾ ਦੂਸਰਾ ਮੇਨ ਪੁਆਇੰਟ ਆ ਜਿਸ ਦੇ ਅਨੁਸਾਰ ਕੇ ਜਿਹੜੇ 2018 ਤੋਂ ਬਾਅਦ ਨੌਕਰੀ ਤੇ ਲੱਗੇ ਹੋਏ ਸਾਥੀ ਨੇ ਉਹ ਬਾਹਰ ਕਿਹੜੇ-ਕਿਹੜੇ ਹੋਣਗੇ ਤਾਂ ਜਿਹੜੇ-ਜਿਹੜੇ ਸਾਥੀ ਜਿਵੇਂ ਕਿ ਇਕੱਲੇ ਪੰਜਾਬ ਦਾ ਇਹ ਕੇਸ ਨਹੀਂ ਸੀਗਾ ਇਹਦੇ ਵਿੱਚ ਬੈਸਟ ਬੰਗਾਲ, ਜੁਪੀ, ਬਿਹਾਰ, ਰਾਜਸਥਾਨ ਜਾ ਜੰਮੂ ਕਸ਼ਮੀਰ ਜਾਂ ਹੋਰ ਵੀ ਬਹੁਤ ਸਾਰੇ ਸਟੇਟ ਇਦਾਂ ਦੇ ਨੇ ਜਿਨ੍ਹਾਂ ਦੇ ਵਿੱਚ 2018 ਦੇ ਰੂਲ ਬਣਨ ਤੋਂ ਬਾਅਦ ਨੋਟੀਫਿਕੇਸ਼ਨ ਨਵੀਂ ਐਡਵਰਟਾਈਜ਼ਮੈਂਟ ਜਾਰੀ ਹੋਈ ਸੀ ਕਿ ਬੀਐਡ ਨੂੰ ਸ਼ਾਮਲ ਕੀਤਾ ਜਾਊਗਾ ਤਾਂ ਬੀਐਡ ਵਾਲੇ ਸਾਥੀਆਂ ਨੇ ਅਪਲਾਈ ਕਰਤਾ ਸੀ ਈਜੀਟੀ ਦੇ ਭਰਤੀ ਦੇ ਵਿੱਚ ਤਾਂ ਬਹੁਤੇ ਸਾਰੇ ਸਾਥੀਆਂ ਦੇ ਉਹਨਾਂ ਦੀ ਭਰਤੀ ਹੋ ਗਈ ਹੈ ਐਟ ਅ ਟਾਈਮ ਉਹ ਜੋਬ ਕਰ ਰਹੇ ਨੇ ਜਾਂ ਉਹਨਾਂ ਦੀ ਜਿਹੜੀ ਉਹਨਾਂ ਦੀ ਪ੍ਰੋਸੈਸ ਚੱਲ ਰਹੀ ਹੈ ਭਰਤੀ ਦਾ ਜਿਵੇਂ ਕਿ 2364 ਦਾ ਤਾਂ ਇਸ ਦੇ ਬਿਹਾਫ ਤੇ ਜਿਹੜਾ ਹੁਣ ਉਹ ਉਹਨਾਂ ਦੇ ਜਿਹੜੇ ਨਿਯੁਕਤੀ ਪੱਤਰ ਨੇ ਉਹ ਰੱਦ ਕਰ ਦਿੱਤੇ ਜਾਣਗੇ ਜਿਨ੍ਹਾਂ ਨੂੰ ਨੌਕਰੀ ਤੋਂ ਜਿਹੜਾ ਲਾ ਦਿੱਤਾ ਜਾਊਗਾ ਕਿਉਂਕਿ ਸੁਪਰੀਮ ਕੋਰਟ ਸਭ ਤੋਂ ਸਰਵੱਚ ਫੈਸਲਾ ਹੁੰਦਾ ਹਾਈ ਕੋਰਟ ਦਾ ਫੈਸਲਾ ਵੀ ਉਸ ਤੋਂ ਨੀਚੇ ਦਾ ਹੁੰਦਾ ਤਾਂ ਹਾਈ ਕੋਰਟ ਦੇ ਵੱਲੋਂ ਭਾਵੇਂ ਪੰਜਾਬ ਹਾਈ ਕੋਰਟ ਦੇ ਵੱਲੋਂ ਇਹ ਫੈਸਲਾ ਆਇਆ ਸੀ ਕਿ ਜਿਵੇਂ ਨੋਟੀਫਿਕੇਸ਼ਨ ਆਇਆ 2364 ਦਾ ਉਸੇ ਤਰ੍ਹਾਂ ਭਰਤੀ ਕੰਪਲੀਟ ਕੀਤੀ ਜਾਵੇ ਪਰ ਹੁਣ ਸੁਪਰੀਮ ਕੋਰਟ ਦਾ ਫੈਸਲਾ ਇਹ ਆ ਚੁੱਕਿਆ ਹੈ ਕਿ ਭਰਤੀ ਜਿਹੜੀ ਉਹ 2018 ਦੇ ਐਨਸੀਟੀ ਦੇ ਰੂਲ ਨੂੰ ਜਿਹੜੇ ਖਾਰਜ ਕਰਕੇ ਯਾਨੀ ਕਿ ਸਿੱਧੇ ਨਰੋਲ ਈਟੀਟੀ ਦਾ ਦੇ ਆਧਾਰ ਤੇ ਹੀ ਜਿਹੜੀ ਭਰਤੀ ਉਹ ਕੀਤੀ ਜਾਊਗੀ ਤਾਂ ਜਿਹੜੇ ਜਿਹੜੇ ਕਿਸੇ ਵੀ ਸਟੇਟ ਦੇ ਵਿੱਚ 2018 ਤੋਂ ਬਾਅਦ ਸਾਥੀ ਪਰ ਨੌਕਰੀ ਦੇ ਵਿੱਚ ਲੱਗੇ ਨੇ ਉਹ ਬਾਹਰ ਕਰ ਦਿੱਤੇ ਜਾਣਗੇ ਇਸ ਫੈਸਲੇ ਦੇ ਅਕੋਰਡਿੰਗ ਕਿਉਂਕਿ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਕਿ ਅਰਨਵ ਗੋਸ਼ ਦੇ ਵੱਲੋਂ ਇਹ ਜਿਹੜਾ ਕੇਸ ਲਾਇਆ ਗਿਆ ਸੀ ਜਿਹਦੇ ਵਿੱਚ ਇਹ ਸਿਰਫ ਇਹੀ ਪੁੱਛਿਆ ਗਿਆ ਸੀਗਾ ਕਿ ਜਿਹੜਾ ਬੀਐਡ ਨੂੰ ਬਾਹਰ ਤਾਂ 11 ਅਗਸਤ 2023 ਨੂੰ ਹੀ ਕਰ ਦਿੱਤਾ ਗਿਆ ਸੀ ਪਰ ਉਹ ਇੰਪਲੀਮੈਂਟ ਕਦੋਂ ਤੋਂ ਕਰਨਾ ਸੀਗਾ ਜਾਨੀ ਕਿ ਕਿ ਕਿਹੜੇ 2018 ਦੇ ਗਜ਼ਟ ਦੇ ਅਨੁਸਾਰ ਉਹਨਾਂ ਨੂੰ ਬਾਹਰ ਕਰਨਾ ਸੀਗਾ ਤੇ ਜਾਂ ਫਿਰ 2023 ਦੇ ਅਨੁਸਾਰ ਤਾਂ ਅੱਜ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ 2018 ਦੇ ਜੋ ਐਨਸੀਈਟੀ ਦਾ ਗਜ਼ਟ ਹੈ ਉਸ ਤੋਂ ਬਾਅਦ ਜਿੰਨੇ ਵੀ ਭਰਤੀਆਂ ਹੋਈਆਂ ਨੇ ਬੀਐਡ ਦੇ ਆਧਾਰ ਤੇ ETT ਦੇ ਆਧਾਰ ਤੇ ਸੌਰੀ ਉਹਨਾਂ ਸਾਰਿਆਂ ਨੂੰ ਬਾਹਰ ਕਰਕੇ ਸਿਰਫ ਨਰੋਲ ETT ਦੇ ਆਧਾਰ ਤੇ ਹੀ ਭਰਤੀ ਹੁਣ ਉਹ ਕੀਤੀ ਜਾਣੀ ਆ ਤਾਂ ਅੱਜ ਦਾ ਇਹ ਬਹੁਤ ਵੱਡਾ ਫੈਸਲਾ ਜਿਹੜਾ ETT ਦੀ ਇੱਕ ਇਤਿਹਾਸਿਕ ਜਿੱਤ ਹੈ ਅਤੇ ਨਾਲ ਹੀ BARD ਵਾਲੇ ਵਾਲੇ ਸਾਥੀਆਂ ਲਈ ਇਹ ਨਿਰਾਸ਼ਾਜਨਕ ਫੈਸਲਾ ਆਪਾਂ ਕਹਿ ਸਕਦੇ ਆ ਅਤੇ ਇਹਦੇ ਨਾਲ ਹੁਣ ਜਿਹੜਾ 2364 ਵਾਲੇ ਸਾਥੀ ਨੇ ਉਹਨਾਂ ਦੀ ਮੈਰਿਟ ਵੀ ਕਾਫੀ ਡਾਊਨ ਜਾਣੀ ਆ ਅਤੇ ਹੋਰ ਜੇ ਉਸ ਤੋਂ ਬਾਅਦ ਜਿਹੜੀ 5994 ਭਰਤੀ ਹੈ ਉਸ ਨੂੰ ਵੀ ਇਹਦਾ ਸਿੱਧਾ ਸਿੱਧਾ ਫਾਇਦਾ ਹੋਣਾ ਪੰਜਾਬ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਫਿਲਹਾਲ ਅੱਜ ਦੀ ਇਹੀ ਅਪਡੇਟ ਸੀਗੀ ਕਿ ਬੀਆੜ ਜਿਹੜੀ ਹੁਣ ਉਹ 2018 ਤੋਂ ਬਾਅਦ ਪੱਕੇ ਤੌਰ ਤੇ ਬਾਹਰ ਕਰ ਦਿੱਤੀ ਗਈ ਹੈ ਜਾਨੀ ਕਿ 2018 ਤੋਂ ਬਾਅਦ ਜਿੰਨੇ ਵੀ ਨੋਟੀਫਿਕੇਸ਼ਨ ਆਏ ਨੇ ਚਾਹੇ ਉਹ 20 ਦੇ ਵਿੱਚ ਆਇਆ 21 ਦੇ ਵਿੱਚ ਆਇਆ 22 ਦੇ ਵਿੱਚ 23 ਦੇ ਵਿੱਚ ਉਹ ਸਾਰੇ ਫੈਸਲੇ ਜਿਹੜੇ ਨੋਟੀਫਿਕੇਸ਼ਨ ਨੇ ਉਹ ਰੱਦ ਕਰ ਦਿੱਤੇ ਗਏ ਨੇ ਤਾਂ ਹੁਣ ਇਹਦੇ ਅਕੋਰਡਿੰਗ ਜਿਹੜਾ 2364 ਭਰਤੀ ਦਾ ਵੀ ਨੋਟੀਫਿਕੇਸ਼ਨ ਹੈ ਉਹ ਉਹਦੇ ਵਿੱਚੋਂ ਬੀਆੜ ਬਾਹਰ ਕਰਕੇ ਈਟੀਟੀ ਦੇ ਆਧਾਰ ਤੇ ਹੀ ਭਰ ਅਤੇ ਸੁਪਰੀਮ ਕੋਰਟ ਦਾ ਅੱਜ ਇਹ ਫੈਸਲਾ ਆਇਆ ਤੇ 2018 ਤੋਂ ਬਾਅਦ ਵਾਲੇ ਜਿਹੜੇ ਨੌਕਰੀ ਕਰਦੇ ਸਾਥੀ ਨੇ ਜਾਂ ਜਿਹੜੇ ਪ੍ਰੋਸੈਸ ਚੱਲ ਰਿਹਾ ਉਹ ਸਾਰੇ ਬਾਹਰ ਹੋਣਗੇ ਭਰਤੀਆਂ ਦੇ ਵਿੱਚੋਂ ਸਿਰਫ ਨਰੋਲ ਈਜੀਟੀ ਦੇ ਆਧਾਰ ਤੇ ਹੀ ਇਹ ਭਰਤੀ ਹੋਣੀ ਆ ਮੈਂ ਤੁਹਾਨੂੰ ਫੈਸਲਾ ਤੁਸੀਂ ਖੁਦ ਵੀ ਮੈਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਸੁਪਰੀਮ ਕੋਰਟ ਦੀ ਅਫੀਸ਼ੀਅਲ ਸਾਈਟ ਦੇ ਉੱਪਰੋਂ ਜਿਹੜਾ ਇਹ ਲੱਗਿਆ ਡਾਇਰੀ ਨੰਬਰ 39986 2023 ਦਾ ਕੇਸ ਹੈ ਅਰਨਵ ਗੋਸ਼ ਵਰਸਸ ਸਟੇਟ ਆਫ ਯੂਨੀਅਨ ਆਫ ਇੰਡੀਆ ਸੌਰੀ ਤਾਂ ਇਹਨੂੰ ਤੁਸੀਂ ਸਕਰੀਨ ਤੇ ਵੀ ਮੈਂ ਤੁਹਾਨੂੰ ਦਿਖਾ ਦੇਣਾ ਡਿਸਪੋਜ਼ ਆਫ ਕਰ ਦਿੱਤਾ ਗਿਆ ਹੈ ਕੇਸ ਇਹਦੀ ਸੁਣਵਾਈ ਜਿਹੜੀ ਲਗਭਗ 2 ਘੰਟੇ ਪਹਿਲਾਂ ਹੀ ਹੋਈ ਆ ਤਾਂ ਇਹ ਅੱਜ ਦੀ ਵੱਡੀ ਅਪਡੇਟ ਸੀਗੀ ਬੀਐਡ ਵਾਲੇ ਸਾਥੀਆਂ ਨਾਲ ਸੰਬੰਧਿਤ ਬਾਕੀ ਤੁਸੀਂ ਚੈਨਲ ਤੇ ਬਣੇ ਰਹੋ ਕੋਈ ਵੀ ਹੋਰ ਨਵੀਂ ਅਪਡੇਟ ਆਉਂਦੀ ਹੈ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਉਹਦੀ ਹਰ ਇੱਕ ਅਪਡੇਟ ਜਿਹੜੀ ਸਿੱਖਿਆ ਵਿਭਾਗ ਦੀ ਤੁਹਾਨੂੰ ਆਪਾਂ ਦਿੰਦੇ ਰਹਨੇ ਆ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਥੈਂਕ ਯੂ ਸੋ ਮਚ